ਉੱਥੇ ਕਿਹੜੀ ਰਸ ਉੱਥੇ ਕਾਹਦੀ ਲੜਾਈ ਸੀ ਸਾਹਮਣੀ? ਉੱਥੇ ਫਸਲਾਂ ਦੀ, ਇੱਥੇ ਨਸਲਾਂ ਦੀ, ਉੱਥੇ ਕਣਕਾਂ ਦੀ, ਇੱਥੇ ਅਣਖਾਂ ਦੀ। ਸਾਨੂੰ ਪਤਾ ਹੀ ਹੈ ਕਿ ਜਿਹੜਾ ਸੱਚ ਹੈ ਉਹ ਸੜਕਾਂ 'ਤੇ ਹੈ, ਜਿਹੜਾ ਝੂਠ ਹੈ ਉਹ ਟੀ ਵੀ 'ਤੇ ਹੈ, ਜਿਹੜੀ ਮੀਟਿੰਗਾਂ ਮਗਲਿਆਂ 'ਚ ਹੁੰਦੀਆਂ ਨੇ। ਝੂਠ ਦੇ ਪੈਰ ਨਹੀਂ ਹੁੰਦੇ, ਝੂਠ ਚੱਲਦਾ ਹੈ ਸਾਡੇ 'ਤੇ, ਜ਼ੁਲਮ ਹੁੰਦੇ ਰਹੇ। ਜਿਹੜਾ ਕੋਈ ਸੱਤ ਦਾ ਕੰਮ ਕਰਦਾ ਉਹਨੂੰ ਸੱਤਵਾਦੀ ਨਹੀਂ ਕਹਿੰਦੇ, ਅੱਤਵਾਦੀ ਕਹਿੰਦੇ। ਬੋਲੋ ਜੀ ਸਤਨਾਮ ਸ਼੍ਰੀ। ਇਹਨਾਂ ਦੀ ਖੋਪੜੀ ਉਲਟੀ ਹੈ। ਅੱਜ ਕਿੱਥੇ ਬੈਠੇ ਨੇ ਉਹ, ਕਿੰਨਿਆਂ ਕੁ ਨੂੰ ਲੈ ਜਾਣਗੇ। ਗੁਰੂ ਗ੍ਰੰਥ ਸਾਹਿਬ ਹਜ਼ੂਰੀ ਦੇ ਵਿੱਚ ਬੈਠੀ ਸੰਗਤਾਂ ਨੂੰ ਬੇਨਤੀ ਹੈ, ਫਤਿਹ ਬੁਲਾਈਏ, ਕਰੋ ਸਾਂਝੀ ਫਤਿਹ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਾਬਾ ਜੀ ਬੈਠੇ ਨੇ, ਮਹਾਨ ਹਸਤੀ ਮਹਾਰਾਜ ਦੀ ਕਿਰਪਾ, ਇਹਨਾਂ ਦਾ ਉੱਥੇ ਵੀ ਦਿੱਲੀ ਦੇ ਵਿੱਚ ਬਹੁਤ ਬੜੀ ਮਹਾਨ ਸੇਵਾ ਕੀਤੀ ਹੈ ਕਿ ਅਸੀਂ ਇੱਕ ਗ੍ਰਿਸ਼ਤੀ ਬੰਦੇ ਹਾਂ। ਮਹਾਂਪੁਰਸ਼ਾਂ ਅੱਗੇ ਬੇਨਤੀ ਕਰਾਂਗਾ, ਮਾਫ਼ੀ ਵੀ ਮੰਗਾਂਗੇ। ਸਾਡੀ ਗਰਾਈ ਵੀ ਚੱਲਦੀ ਹੈ ਹੁਣ ਵੀ, ਟਾਈਮ ਕੱਢ ਕੇ, ਕਿ ਸਾਰੇ ਕੰਮ ਕਰਨੇ ਪੈਂਦੇ ਨੇ। ਸੋ ਇਹ ਜਿਹੜਾ ਸਾਨੂੰ ਪਤਾ ਹੀ ਹੈ ਕਿ ਜਿਹੜਾ ਸੱਚ ਹੈ ਉਹ ਸੜਕਾਂ 'ਤੇ ਹੈ, ਜਿਹੜਾ ਝੂਠ ਹੈ ਉਹ ਟੀ ਵੀ 'ਤੇ ਹੈ, ਜਿਹੜੀ ਮੀਟਿੰਗਾਂ ਮਗਲਿਆਂ 'ਚ ਹੁੰਦੀਆਂ ਨੇ। ਪਰ ਬਾਬਾ ਜੀ ਵਰਗੇ ਮਹਾਂਪੁਰਸ਼ ਜੋ ਵੀ ਇੱਥੇ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਇਹ ਜਿਹੜਾ ਸੱਚ ਹੈ, ਬਾਣੀ ਕਹਿੰਦੀ ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ। ਝੂਠ ਦੇ ਪੈਰ ਨਹੀਂ ਹੁੰਦੇ, ਝੂਠ ਚੱਲਦਾ ਹੈ ਸਾਡੇ 'ਤੇ, ਜ਼ੁਲਮ ਹੁੰਦੇ ਰਹੇ। ਇਹ ਜਿਹੜੇ ਸੰਘਰਸ਼ ਹੈ, ਇਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਜਥੇਬੰਦੀਆਂ ਦੇ ਨਾਲ ਚੱਲਦੇ ਰਹਿਣੇ ਨੇ, ਇਹ ਮੁੱਕਦੇ ਨਹੀਂ। ਜੇ ਕੋਈ ਆਵੇ ਨਾ ਰੁਕਦੇ ਨਹੀਂ, ਕਿਉਂਕਿ ਸਾਧ ਸੰਗਤ ਜੀ, ਬਾਬਾ ਜੀ ਨੂੰ ਪਤਾ ਹੈ, ਬਾਬਾ ਰਾਜਾ ਸਿੰਘ ਜੀ ਨੂੰ, ਮਹਾਂਪੁਰਸ਼ਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕਾਰ ਸੇਵਾ ਹੈ, ਇਹ ਮਹਾਂਪੁਰਸ਼ਾਂ ਦੇ ਖਿਲਾਰੇ ਬੜੇ ਨੇ। ਹੁਣ ਵੀ ਅਸੀਂ ਗ੍ਰਾਈ ਵੀ ਚੱਲ ਰਹੀ ਹੈ ਅਤੇ ਲੰਗਰ ਦੀ ਵੀ ਸੇਵਾ ਚੱਲਦੀ, ਅਸੀਂ ਮਾਫ਼ੀ ਮੰਗਾਂਗੇ। ਸਾਡਾ ਫਰਜ਼ ਬਣਦਾ ਹੈ ਨਿੱਜੀ ਤੌਰ 'ਤੇ, ਨਿਸ਼ਾਨ ਤੌਰ 'ਤੇ। ਇੱਥੇ ਹੀ ਤਾਂ ਦਿੱਲੀ ਦੇ ਵਿੱਚ ਵੀ ਬਾਬਾ ਜੀ ਉਹਨਾਂ ਦੇ ਨਾਲ ਹੀ ਅਸੀਂ ਇਕੱਠੇ ਰਹੇ ਹਾਂ। ਸੋ ਸਰਦਾਸ ਦੀ ਡਿਊਟੀ ਗਾਣੀ ਸਾਹਿਬ ਘੜਾਉਣਾ, ਸਭ ਨੌਵੀਂ ਪਾਤਸ਼ਾਹ ਅਤੇ ਦਸਵੀਂ ਪਾਤਸ਼ਾਹ ਦੀ ਪਵਿੱਤਰ ਛੋਹ ਚਰਨ ਪ੍ਰਾਪਤ। ਜਿੱਥੇ ਹੁਣ ਵੀ ਸਾਡੀਆਂ ਦੋ ਗੱਡੀਆਂ, ਹੁਣ ਅਸੀਂ ਲੰਗਰ ਲੈ ਕੇ ਪਿੰਡ ਆਪਣੇ ਇਲਾਕੇ ਦੇ ਵਿੱਚ ਮਾਣਕ ਪਰੇਡ ਦੇ ਨੱਤਿਆਂ ਪਿੰਡ ਹੈ, ਉਹ ਇੰਨੇ ਪ੍ਰੇਮੀ ਨੇ, ਕਹਿੰਦੇ ਬਾਬਾ ਜੀ ਸਾਨੂੰ ਲੰਗਰ ਦੀ ਸੇਵਾ ਦਿਆ ਕਰੋ। ਪਿੰਡਾਂ ਦੇ ਵਿੱਚੋਂ ਲੰਗਰ ਆ ਰਿਹਾ, ਬਾਬਾ ਟੱਲ ਪੱਕੀਆਂ ਪਕਾਈਆਂ, ਘੱਲ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਹੁਣ ਮੈਂ ਬੇਨਤੀ ਕਰਾਂਗਾ ਜੀ, ਹਾੜੀ ਦੇ ਕੰਮ ਵੀ ਨੇੜੇ ਲੱਗ ਗਏ ਹਨ, ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸੰਗਤਾਂ ਨੂੰ ਹੁੰਮਾ ਕੇ ਪਹੁੰਚਣਾ ਚਾਹੀਦਾ, ਕੰਮ ਵੀ ਜ਼ਰੂਰੀ ਹੈ। ਅਤੇ ਸਾਧ ਇਹ ਕੰਮ ਸਭ ਤੋਂ ਵੱਡਾ ਹੈ ਕਿ ਸਾਧ ਸੰਗਤ ਜੀ, ਇਹਨਾਂ ਜਿਹੜਾ ਲੀਡਰਾਂ ਦੀਆਂ ਨੇ ਨਾ, ਇਹਨਾਂ ਦੀਆਂ ਸ਼ਕਲਾਂ ਬਦਲੀਆਂ, ਅਕਲਾਂ ਉਹੀ ਨੇ, ਸ਼ਕਲਾਂ ਜ਼ਰੂਰ ਬਦਲੀਆਂ ਨੇ ਜੋ ਇਹਨਾਂ ਨੇ, ਬਾਬਾ ਜੀ ਨੇ ਦੱਸਦੇ ਨੇ ਜੋ ਇਹਨਾਂ ਨੇ ਵਾਅਦੇ ਕੀਤੇ ਨੇ, ਪਰ ਇਹਨਾਂ ਦੇ ਕੋਲ ਝੂਠ ਦੇ ਪਲੰਦੇ ਨੇ। ਸੱਚ ਤਾਂ ਪਿਆਰਿਓ ਉੱਡ ਗਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਹੜੇ ਇੱਕ ਡੁੱਬਦੀ ਹੋਈ ਕੌਮ ਦੇ ਬੱਚੇ ਨੌਜਵਾਨਾਂ ਨੂੰ ਇੱਕ ਸੇਧ ਦੇ ਰਹੇ ਸੀ, ਅੰਮ੍ਰਿਤ ਛਕ ਕਰ ਰਹੇ ਸੀ। ਜਿਹੜਾ ਕੋਈ ਸੱਤ ਦਾ ਕੰਮ ਕਰਦਾ ਉਹਨੂੰ ਸੱਤਵਾਦੀ ਨਹੀਂ ਕਹਿੰਦੇ, ਅੱਤਵਾਦੀ ਕਹਿੰਦੇ। ਬੋਲੋ ਜੀ ਸਤਨਾਮ ਸ਼੍ਰੀ। ਇਹਨਾਂ ਦੀ ਖੋਪੜੀ ਉਲਟੀ ਹੈ। ਅੱਜ ਕਿੱਥੇ ਬੈਠੇ ਨੇ ਉਹ, ਕਿੰਨਿਆਂ ਕੁ ਨੂੰ ਲੈ ਜਾਣਗੇ। ਸੇ ਇਹ ਕੌਮ ਨਹੀਂ ਮੁੱਕਦੀ। ਦਾਸ ਦਾ ਭਰਾ ਛੋਟਾ ਦਿੱਲੀ ਦੇ ਵਿੱਚ ਸ਼ਹੀਦ ਹੋਇਆ ਸੀ, ਚਾਚਾ ਜੀ ਦਾ ਲੜਕਾ। ਸੂਰਾ ਸੋ ਪਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ। ਖੇਤ ਕਬੀਰਾ ਜਿਸ ਮਰਨੇ 'ਤੇ ਜਗ ਡਰੈ, ਮੇਰੇ ਮਨ ਆਨੰਦ ਮਰਨ ਹੀ ਤੋਂ ਪਾਈਏ ਪੂਰਨ ਪਰਮਾਨੰਦ। ਕਬੀਰਾ ਮਰਤਾ ਮਰਤਾ ਜਗਮੂਆ, ਮਰ ਪੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਹੋਰ ਨਾ ਮਰਨਾ ਹੋਏ। ਡਿਊਟੀਆਂ ਲੱਗੀਆਂ ਨੇ ਕਿਸੇ ਦੀ ਲੰਗਰ 'ਤੇ, ਕਿਸੇ ਦੀ ਸੰਗਤ 'ਤੇ, ਕਿਸੇ ਦੀ ਭਾਈ ਰਾਗੀ ਢਾਡੀ ਜਥੇ ਆਏ ਨੇ, ਕਿੱਡੀ ਵੱਡੀ ਕਿਰਪਾ ਹੈ। ਸੋ ਮੈਂ ਵਾਅਦਾ ਕਰਾਂਗਾ, ਅਸੀਂ ਜਥੇ ਲੈ ਕੇ ਬੀਬੀਆਂ ਦੇ ਪਿੰਡਾਂ ਦੇ ਵਿੱਚ ਪ੍ਰੇਰਨਾ ਕਰਦੇ ਹਾਂ ਕਿ ਬੀਬੀ ਆਪਾਂ ਜਾਣਾ ਹੈ, ਕਿ ਸਮਾਂ ਥੋੜ੍ਹਾ ਹੈ, ਇੱਥੇ ਬੜਾ ਤਕੜਾ ਇਕੱਠ ਹੋ ਜਾਣਾ ਹੈ, ਫਿਰ ਥੋੜ੍ਹਾ ਜ਼ਿਆਦਾ ਸਮਾਂ ਨਹੀਂ ਲੱਗਣਾ, ਸਾਡੇ ਕੋਲ ਵੀ 10 ਕੁ ਹਫ਼ਤੇ ਦਾ ਕੰਮ ਰਹਿ ਗਿਆ। 100 ਸਵਾ 100 ਪਿੰਡ ਹੈ ਜਿੱਥੇ ਗ੍ਰਾਈ ਕਰਦੇ ਹਾਂ ਪਿੰਡਾਂ ਦੇ ਵਿੱਚੋਂ, ਅਤੇ ਨਾਲ ਹੀ ਸੰਗਤ ਨੂੰ ਪ੍ਰੇਰਨਾ ਵੀ ਕਰੀਦੀ ਹੈ ਕਿ ਭਾਈ ਪਹੁੰਚਣਾ ਹੈ, ਕਿ ਸਭ ਹਰ ਇੱਕ ਦਾ ਫਰਜ਼ ਬਣਦਾ ਹੈ। ਜੇ ਇੱਕ ਬੰਦਾ ਪੰਜ ਪੰਜ ਬੰਦੇ ਵੀ ਲਿਆਵੇਗਾ, ਕਿੱਡਾ ਵੱਡਾ ਇਕੱਠ ਹੋ ਜਾਏਗਾ। ਬੋਲੋ ਜੀ ਸਤਨਾਮ ਸ਼੍ਰੀ। ਸੋ ਸਾਰਿਆਂ ਦਾ ਫਰਜ਼ ਬਣਦਾ ਹੈ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਵੀ ਬਚਨ ਕਰਦੇ ਹਾਂ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਉੱਥੇ ਕਿਹੜੀ ਰਸ ਉੱਥੇ ਕਾਹਦੀ ਲੜਾਈ ਸੀ ਸਾਹਮਣੀ? ਉੱਥੇ ਫਸਲਾਂ ਦੀ, ਇੱਥੇ ਨਸਲਾਂ ਦੀ, ਉੱਥੇ ਕਣਕਾਂ ਦੀ, ਇੱਥੇ ਅਣਖਾਂ ਦੀ। ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ 'ਤੇ, ਅਣਖ ਮਰੇ ਅਤੇ ਕੌਮ ਹੈ ਮਰ ਜਾਂਦੀ, ਉਸ ਕੌਮ ਨੂੰ ਸਦਾ ਇਤਿਹਾਸ ਪੁੱਜੇ ਬਿਪਤਾ, ਹੱਸ ਕੇ ਕੌਮ ਜੋ ਯਰ ਲੈਂਦੀ। ਅਸੀਂ ਪਿੰਡਾਂ ਦੇ ਵਿੱਚ ਵੀ ਇਹੀ ਆਵਾਜ਼ ਦਿੱਤੀ ਜਾਈਦੀ ਹੈ, ਭਾਈ ਜਿਨ੍ਹਾਂ ਦੇ ਹੈ ਨੇ ਨਾ ਦੁੱਖ ਤਾਂ ਉਹਨਾਂ ਨੂੰ ਹੈ। ਬੋਲੋ ਜੀ ਸਤਨਾਮ ਸ਼੍ਰੀ। ਕਿ ਆਪਾਂ ਨੂੰ ਦੁੱਖ ਹੋਵੇ ਜੇ ਆਪਣਾ ਹੋਵੇ, ਸੋ ਆਪਣਾ ਫਰਜ਼ ਬਣਦਾ ਨਿੱਜੀ ਤੌਰ 'ਤੇ। ਉਹ ਬੱਚੇ ਉਹਦੇ ਕਿਹਨਾਂ ਵਾਸਤੇ ਲੜੇ ਨੇ, ਅਤੇ ਅੱਜ ਬਚਾਵ ਦੇ ਵਿੱਚ ਕੀ ਚੱਲ ਰਿਹਾ? ਅਸੀਂ ਪੰਜ ਭਰਾ ਸੀ, ਦੋ ਮਹਾਂਪੁਰਸ਼ਾਂ ਕੋਲ ਭੈਣਾਂ ਅਤੇ ਦੋ ਭਰਾ ਨੇ, ਬਾਬਾ ਜੀ ਕੋਲ ਸੇਵਾ ਕਰਦੇ ਨੇ, ਅਤੇ ਹੁਣ ਸਾਡੇ ਕੋਲ ਇੱਕ ਹੈ, ਉਹ ਵੀ ਸਾਡਾ, ਇਹਨਾਂ ਨੇ ਪਾਪੀਆਂ ਨੇ, ਇਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਚੰਗੀਆਂ ਪੜ੍ਹਾਈਆਂ ਕਰਕੇ ਬਾਹਰ
धक्के खा रहे ने, ये नलैकी ना सरकारां दी है। तो देखी जाओ तुसी बड़े बड़े बोर्ड ला देने, इन्नियां नौकरियां दित्तियां, कोई देखिया नौकरी लायो? सो प्यारे इन्हां दे कोल झूठ दे बुलंदे ने, झूठ तो बिना ना वोट नहीं पैंदी। अपने जिहड़े पिंडां दे विच ने, ये थोड़े थोड़े इन्हां दे नाल दो चार बंदे लै लैंदे, आगू बना लैंदे ने। मैं इन्हां नूं बेनती करांगा, सुनो प्यारिओ, ये साढ़े वड्डे हुण भाई साहब जी ने साहिबजादियां दी गल सुनाई, विसाखी दे दिहाड़े ते खालसे दा पंथ, खालसा पंथ साजे आ, कित्थों आया? लाहौर तो चल के आया, बोलो भाई दया सिंह जी, दिल्ली तो आया। कहिंदे दया, पहला दया ही खालसे दे विच, जे तुहाडे अंदर दया तां तुसीं इत्थे बैठे हो, दया ते बिना धर्म नहीं चलदा, बोलो जी साहब। फिर भाई धर्म सिंह जी आए, फिर भाई हिम्मत सिंह जी, कहिंदे भाई जे धर्म नूं चलाउणा बाबा राजा रे सिंह वांगू, हिम्मत भी चाहीदी है ते उपराला ते जज्बा भी चाहीदा, बोलो जी सतनाम श्री। फिर मोह कम, फिर मोह भी कम कर, मोह माया कै संग ना लेप, मन में रखे हर अंधकार दीपक प्रकाशे। ये मोह माया छड्डना पैना है प्यारिओ। फिर उस ते बाद भाई साहिब सिंह जी उठे, कहिंदे जे साहिब सतगुरु नूं मिलना है तां प्यारिओ, जे तो प्रेम खलण का चाहो, शीश तरत वाली गली मरियो, इस मार्ग पैर भरी दे सिरदी जय कालना की जय। सो आ वड्डे भागा वाले हो, ये चलते रहने दे लंगर। उत्थे भी मैं नौजवान वीरां नूं, मैं अपने जिहड़े जिमीदार साडे भरा ने, असी गृहस्थी है, साडे कोल नेमी भी ने, बाबा जी कोल प्रेमी भी ने ते तनखाईए भी ने। असी एक प्रेमी मंडे पिंडां दे विच जाके महापुरशां दे कोल, तुहाडी बदौलत पिंडां च लंगरां दी सेवा ये वधेगी, चलते रहने ने। कि साध सिंह होइयां भुल्लां दी खिमा मैं श्रेय सैक्टरी दा, बाबा जी उन्हों का तह दिल धनबाद कर, इन्हों माफ़ी भी मंगागा, साढ़े व्डे ने, असी गिरिश्ती हैं, सात संघ गिरिश्त में सोई निर्वाण चौ भरना मैं जपै को नाम जो जो जपै इसकी होइया भुला दी खिमा। सो नानक नाम चढ़ दी कला तेरे भाणे, रोहित का पलवाहिगुरू जी का खालसा।